ਪਠਾਨਕੋਟ 'ਚ ਪਿਛਲੇ ਕਈ ਦਿਨਾਂ ਤੋਂ ਵਾਟਰ ਸਪਲਾਈ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਹੋਏ ਨੇ, ਜਿਨ੍ਹਾਂ ਤੋਂ ਬਾਅਦ ਫਿਲਹਾਲ ਲਗਾਤਾਰ ਇਹ ਖਰਾਬੀ ਦੀ ਸਮੱਸਿਆ ਸਾਹਮਣੇ ਆ ਰਹੀ। ਸਿਹਤ ਖਰਾਬ ਹੋ ਰਹੀ ਹੈ ਲੋਕਾਂ ਦੀ, ਇਹ ਸਾਫ਼ ਤੌਰ 'ਤੇ ਉਹਨਾਂ ਨੇ ਕਿਹਾ ਹੈ। ਅਤੇ ਜੋ ਹਸਪਤਾਲ 'ਚ ਜਿਹੜੇ ਇਲਾਜ ਰਹੇ ਦੱਸਦੇ ਨੇ ਕਿ ਮੁਲਾਜ਼ਮ ਪਿਛਲੇ 10 ਦਿਨਾਂ ਤੋਂ ਤਨਖਾਹ ਨਾ ਮਿਲਣ ਕਾਰਨ ਭੁੱਖ ਹੜਤਾਲ 'ਤੇ ਬੈਠੇ ਹੋਏ ਨੇ, ਅਤੇ ਕੁੱਲ 25 ਮੁਲਾਜ਼ਮ ਇਹ ਭੁੱਖ ਹੜਤਾਲ ਕਰ ਰਹੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ ਅਤੇ ਆਪਣੀਆਂ ਮੰਗਾਂ ਲੈ ਕੇ ਇਹ ਅੜੇ ਹੋਏ ਨੇ। ਦੇਖੋ ਜੀ, ਆਪਣੇ ਮੁੱਦੇ ਵਾਸਤੇ ਅਸੀਂ ਬੈਠੇ ਦੇ ਹਾਂ। ਹਾਲੇ ਤੱਕ ਕੋਈ ਮੇਅਰ ਇੱਥੇ ਸਾਡੇ ਕੋਲ ਆਇਆ ਨਹੀਂ ਹੈਗਾ, ਅਸੀਂ ਭੁੱਖ ਹੜਤਾਲ 'ਤੇ ਬੈਠੇ ਹਾਂ। ਮੇਅਰ ਦਾ ਕਹਿਣਾ ਕਿ ਇਹ ਸਾਡੇ ਕਮੇਟੀ ਦੇ ਮੁਲਾਜ਼ਮ ਨਹੀਂ ਹੈਗੇ, ਅਗਰ ਅਸੀਂ ਮੁਲਾਜ਼ਮ ਨਹੀਂ ਹੈਗੇ ਤਾਂ ਪਿਛਲੇ 10 ਮਹੀਨੇ ਸਾਡੇ ਕੋਲ ਕੰਮ ਕਿਸ ਬੇਸ 'ਤੇ ਲਿੱਤਾ ਇਹਨਾਂ ਟਿਊਬਲਾਂ ਦਾ? ਅਸੀਂ ਇੱਥੇ ਬੈਠੇ ਦੇ ਹਾਂ, ਲੇਕਿਨ ਸਾਰੀ ਹਾਲਤ ਜਿਹੜੀ ਬੜੀ ਗੰਭੀਰ ਤੋਂ ਗੰਭੀਰ ਹੁੰਦੀ ਜਾ ਰਹੀ ਹੈ। ਸਾਡੀ ਕੋਈ ਸੁਣਵਾਈ ਨਹੀਂ, ਸਾਡਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਮੇਰਾ ਨਾਮ ਜਤਿਨ ਆ, ਮੈਂ ਪਿਛਲੇ 10 ਮਹੀਨੇ ਤੋਂ ਕੰਮ ਕਰ ਰਿਹਾ ਜੀ ਨਗਰ ਨਿਗਮ ਦੇ ਪੰਪ ਓਪਰੇਟਰ ਦੇ। ਸਰ ਮੈਨੂੰ ਤਨਖਾਹ ਨਹੀਂ ਮਿਲੀ 10 ਮਹੀਨੇ, ਫਿਰ ਮੈਂ ਭੁੱਖ ਹੜਤਾਲ ਕੀਤੀ।